ਡੇਂਜਰ ਤੇ ਜਾਨ ਲਵਾ ਚੌਂਕ ਰੱਖਦਾ ਤੁਰੇ ਫੁੱਟ ਦੇ ਬਣਾ ਕੇ ਹੈ ਵੱਡੇ ਰੱਖਦੇ ਡੱਬ ਵਿੱਚ ਮਰ ਕੇ ਗਲੋ ਰੱਖਦਾ ਉੱਚ ਘਰ ਕਦਾ ਤਰ ਜਾ ਹਾਰਦੀਆਂ। ਹਮੇਸ਼ਾ ਜਿਹੜਾ ਹੈ ਸਿੰਗਰਾਂ ਨੂੰ ਟਾਰਗੇਟ ਕਰਕੇ ਕਿਸੇ ਨਾ ਕਿਸੇ ਨੂੰ ਟਾਰਗੇਟ ਕਰਦੇ ਹੋ। ਪਿੱਛੇ ਸਿੱਧੂ ਮੂਸੇਵਾਲੇ ਦਾ ਵੀ ਵਿਵਾਦ ਸੀਗਾ, ਹੁਣ ਮੇਰੇ ਖਿਆਲ ਨਾਲ ਅੱਜ ਵੀ ਜਿਹੜਾ ਇਹ ਗਾਣਾ ਜਿਹੜਾ ਮਨਾਇਆ ਗਿਆ ਇਹ ਵੀ ਕਿਤੇ ਨਾ ਕਿਤੇ ਕਿਸੇ ਨੂੰ ਟਾਰਗੇਟ ਕੀਤਾ ਹੋਇਆ। ਸਿੱਧੂ ਮੂਸੇਵਾਲੇ ਜਾਣਦਾ ਸੀਗਾ ਕਿ ਮੈਂ ਅਸੀਂ ਪਰਸਨਲੀ ਉਹਨਾਂ ਨੂੰ ਬਹੁਤ ਪਿਆਰ ਕਰਦੇ ਹਾਂ, ਜੇ ਬਾਈ ਚਾਂਸ ਅਸੀਂ ਕੋਈ ਗਾਣਾ ਕਰਨਾ ਤਾਂ ਡੂਇਟ ਸੌਂਗ ਮੈਂ ਉਹ ਮੇਰੀ ਇੱਛਾ ਮੈਂ ਉਹਨਾਂ ਨਾਲ ਹੀ ਕਰਾਂ। ਦੱਬ ਚ ਗਲੋਕ ਰੱਖ ਕੇ ਸੀਗਾ ਇਹ ਕਿਹਨੂੰ ਟਾਰਗੇਟ ਕੀਤਾ ਸੀ? ਹਾਂਜੀ ਉਹ ਆਪਣਾ ਇਸ ਤਰ੍ਹਾਂ ਲੜਾਈ ਜੀ ਹੋਈ ਆਪਣੇ ਟੀਵੀ ਉੱਤੇ ਮੋਬਾਈਲਾਂ 'ਤੇ ਆਪਣਾ ਗਾਣਾ ਕੀਤਾ ਸਿੱਧੂ ਮੂਸੇਵਾਲੇ ਨੇ। ਹਾਂਜੀ 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 ਆਪਣਾ ਕੀ ਸੀਗਾ ਉਹ? ਹਾਂਜੀ ਉਹ ਆਪਣਾ ਇਸ ਤਰ੍ਹਾਂ ਡੱਬ ਵਿੱਚ ਰੱਖੀਦਾ ਗਲੋਕ ਵਾੜ ਕੇ ਤੇਰੇ ਜਿਹਾ ਵੈਲਡਿੰਗਾਂ ਵਾਲੀ ਗੰਨ ਦੀ ਨਹੀਂ ਲੋੜ ਹੈ, ਪਾੜ ਦੇਗੇ ਸਿਰ ਕੜੇ ਮਾਰ ਮਾਰ ਕੇ। ਇਹ ਦੋ ਸਿੰਗਰ ਤੋਂ ਇਲਾਵਾ ਹੋਰ ਵੀ ਤੁਹਾਨੂੰ ਕੋਈ ਟਾਰਗੇਟ ਕਰਦਾ ਜਿਹੜਾ ਤੁਹਾਡੇ ਖਿਲਾਫ ਬੋਲਦਾ ਹੈ? ਉਹਦੇ ਵੀ ਇੱਦਾਂ ਹੀ ਉੱਡਣ ਵਾਲੇ ਨੇ। ਸਾਨੂੰ ਬੋਲੂਗਾ ਅਸੀਂ ਉਹਨੂੰ ਕਰਾਂਗੇ, ਹੋਰ ਕਿਸੇ ਨੂੰ ਨਹੀਂ ਕੁਛ ਕਹਿੰਦੇ। ਜਿਹੜਾ ਸਾਨੂੰ ਬੋਲੂਗਾ ਜਾਂ ਸਾਡੀ ਜਿਹੜੀ ਕਮਿਟਮੈਂਟ ਹੁੰਦੀ ਉਹ ਤੋਂ ਮੁੱਕਰ ਜਾਂਦਾ ਜਿਹੜਾ ਬੰਦਾ, ਫਿਰ ਉਹਦੇ ਲਈ ਅਸੀਂ ਕੀਤਾ ਆ ਕਮਿਟਮੈਂਟ ਤੋਂ ਮੁੱਕਰ ਗਏ ਸੀ ਬੰਦੇ। ਕਿੱਦਾਂ ਦੀ ਕਮਿਟਮੈਂਟ ਹੋਈ ਸੀ? ਹੈਗੀ ਸੀ ਕੋਈ ਸੌਂਗ ਰਿਲੇਟਡ ਹੀ ਸੀਗੀਆਂ ਸਰ, ਮਿਊਜ਼ਿਕ ਰਿਲੇਟਡ। ਅੱਛਾ ਇਹ ਸਿੱਧੂ ਮੂਸੇਵਾਲੇ ਨਾਲ ਕਿ ਸਿੰਗੇ ਦੇ ਨਾਲ? ਦੋਨਾਂ ਨਾਲ ਹੀ ਸਰ। ਅੱਛਾ ਦੋਨਾਂ ਨਾਲ ਹੀ? ਹਾਂਜੀ ਹਾਂਜੀ। ਅਤੇ ਹੁਣ ਜਿਹੜੀ ਤੁਸੀਂ ਕੰਪਨੀ ਨੂੰ ਪਤਾ ਵੀ ਆ ਵੀ ਕੀ ਕਮਿਟਮੈਂਟ ਸੀਗੀ, ਤਾਂ ਹੀ ਸਿੱਧੂ ਭਾਜੀ ਨੇ ਰਿਪਲਾਈ ਨਹੀਂ ਕੀਤਾ ਹੈਗਾ, ਪਤਾ ਸੀ ਉਹਨਾਂ ਨੂੰ। ਅੱਛਾ ਜੀ, ਮਤਲਬ ਸਿੱਧੂ ਮੂਸੇਵਾਲੇ ਜਾਣਦਾ ਸੀਗਾ ਕਿ ਮੈਂ ਸਰ? ਅਸੀਂ ਪਰਸਨਲੀ ਉਹਨਾਂ ਨੂੰ ਬਹੁਤ ਪਿਆਰ ਕਰਦੇ ਹਾਂ, ਜੇ ਬਾਈ ਚਾਂਸ ਅਸੀਂ ਕੋਈ ਗਾਣਾ ਕਰਨਾ ਤਾਂ ਡਿਊਟ ਸੌਂਗ ਮੈਂ ਉਹ ਮੇਰੀ ਇੱਛਾ ਮੈਂ ਉਹਨਾਂ ਨਾਲ ਹੀ ਕਰਾਂ। ਅੱਛਾ ਅੱਛਾ, ਸਿੱਧੂ ਮੂਸੇਵਾਲੇ ਦੇ ਨਾਲ ਅਗਰ ਡਿਊਟ ਕਰਨ ਦਾ ਮੌਕਾ ਮਿਲਦਾ ਤਾਂ ਤੁਸੀਂ ਕਰੋਗੇ? ਸਰ ਜ਼ਰੂਰ ਕਰੂੰਗੀ ਜੇ ਉਹ ਚਾਹੁੰਣਗੇ, ਕਿਉਂਕਿ ਆਪਣੇ ਕਹਿਣ ਨਾਲ ਨਹੀਂ ਕੁਛ ਹੁੰਦਾ, ਜੇ ਉਹ ਚਾਹੁੰਣਗੇ ਤਾਂ ਹੀ ਹੈ ਨਾ। ਅਤੇ ਜੇ ਸਿੰਘਾ ਤੁਹਾਡੇ ਨਾਲ ਕੋਈ ਕੋਲਬਰੇਸ਼ਨ ਕਰਨਾ ਚਾਹੇ ਤਾਂ ਉਹਦਾ ਵੀ ਹੋਊਗਾ? ਸਰ ਹੁਣ ਉਹ ਜਦੋਂ ਗਾਣਾ ਸੁਣਨਗੇ ਇਹ ਵਾਲਾ ਜਿਹੜਾ ਆ ਰਿਹਾ, ਉਸ ਤੋਂ ਬਾਅਦ ਹੀ ਪਤਾ ਲੱਗੂ ਕੀ ਰਿਐਕਟ ਆ। ਪਰ ਸਿੱਧੂ ਭਾਅ ਜੀ ਨੂੰ ਮੈਂ ਵੈਸੇ ਬੜਾ ਲਾਈਕ ਕਰਦੀ ਹਾਂ, ਅੱਛੇ ਲੱਗਦੇ ਮੈਨੂੰ। ਅੱਛਾ ਜੀ, ਸਿੱਧੂ ਮੂਸੇਵਾਲੇ ਦਾ ਕੋਈ ਫੇਵਰੇਟ ਸੌਂਗ ਜਿਹੜਾ ਤੁਸੀਂ ਗਾ ਸਕਦੇ ਹੋ, ਬੋਲ ਸਕਦੇ ਹੋ, ਬੋਲ ਕੇ? ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀ, ਉਹੀ ਅੱਛਾ ਲੱਗਦਾ, ਮੰਤਰੀ ਨੂੰ ਆਉਂਦਾ ਮੰਤਰੀ ਸੁਣਾਉਣਗੇ। ਡੈਂਜਰ ਤੇ ਜਾਨ ਲਵਾ ਚੌਂਕ ਰੱਖਦਾ ਤੁਰੇ ਫੁੱਟ ਦੇ ਬਣਾ ਕੇ ਹੈ ਵੱਡੇ ਰੱਖੜਦੇ ਡੱਬ ਵਿੱਚ ਮਰ ਕੇ ਗਲੋ ਰੱਖਦਾ ਉੱਚ ਘਰ ਕਦਾ ਤਰ ਜਾ ਹਾਰਦੀਆਂ। ਉੱਚੀਆਂ ਨੇ ਗੱਲਾਂ ਸੋਨੀ ਮਾਨਦੀਆਂ, ਉੱਚੀਆਂ ਨੇ ਗੱਲਾਂ ਸੋਨੀ ਮਾਨਦੀਆਂ।